सारा कुछ कर करा के ना बड़ा भोला बन जाता है, मेनू तो कुछ पता ही नहीं। ये तो बस यही कहते हैं भी बाय का कुछ ना बने, कुछ भी ना हो फ्लॉप हो जाए मर जाए, ऐदा नहीं मरते। ਤੁਸੀਂ ਕਿੰਨਾ ਗੰਦ ਬੋਲ ਰਹੇ ਹੋ ਮੇਰੇ ਲਈ, ਮੇਰੇ ਫੈਮਿਲੀ ਲਈ। ਮੈਂ ਚੁੱਪ ਬੈਠਾ ਸੀਗਾ ਕਿ ਨਹੀਂ ਯਾਰ ਜੋਤੀ ਜੀ, ਤੁਸੀਂ ਆਪਣੀ ਲਾਈਫ ਸਪੈਂਡ ਕਰੋ, ਅਗਰ ਤੁਸੀਂ ਮੈਨੂੰ ਨਿਕਾਲ ਕੇ ਖੁਸ਼ ਹੋ ਨਾ ਤਾਂ ਕੋਈ ਗੱਲ ਨਹੀਂ, ਮੈਂ ਸਾਈਡ ਤੇ ਬੈਠਾ ਸੰਗਤ ਜੀ। ਇਹ ਜਿਆਦਾ ਬੰਦਾ ਸਾਡੇ ਵਿੱਚ ਆਇਆ ਇਹਨਾਂ ਨੇ ਸਾਰੇ ਵਿਕੇੜ ਕੇ ਰੱਖਤੇ। ਇਹ ਤਾਂ ਬੰਦਾ ਪੈਸੇ ਦੇ ਕੇ ਬੰਦੇ ਨੂੰ ਖਰੀਦ ਲੈਂਦਾ, ਇੱਦਾਂ ਦਾ ਬੰਦਾ ਹੈ ਜਿਹਨੂੰ ਕਨਾਲ ਪਾਸੀਆਂ ਦੇ। ਇੱਥੇ ਮੇਰੇ ਜਿਹੜੇ ਨਾਲ ਵੀ ਕੰਮ ਕਰਦੇ ਉਹਨਾਂ ਨੂੰ ਵੀ ਕਹੂਗਾ ਪਹਿਲਾਂ ਹੀ, ਤੁਸੀਂ ਬਾਬਿਆਂ ਨੂੰ ਫੋਨ ਨਾ ਕਰਿਓ, ਜਿਹੜੀ ਗੱਲ ਕਰਨੀ ਮੇਰੇ ਨਾਲ ਕਰਿਓ। ਜਦੋਂ ਰਿਐਲਿਟੀ ਚੈੱਕ ਕਰੋਗੇ ਨਾ ਕਿਸ ਬੰਦੇ ਦੇ ਲਈ, 2% ਦੇ ਉਸ ਬੰਦੇ ਦੇ ਲਈ ਜਿਹਦਾ ਨਾਮ ਉਸਮਾਨ ਹੈ, ਅਵਿਨਾਸ਼ ਕੁਮਾਰ ਕਰਤਾਰਪੁਰ ਦਾ ਉਹ ਰਹਿਣ ਵਾਲਾ ਕ੍ਰਿਮੀਨਲ, ਉਹ ਬੰਦਾ ਗੈਂਗਸਟਰ, ਉਹ ਬੰਦਾ ਤਾਂ ਹੀ ਭਾਜੀ ਇਹ ਸਾਰਾ ਪਰਿਵਾਰ ਅਲੱਗ ਅਲੱਗ ਹੋ ਗਿਆ ਸਾਡਾ। ਬੜੇ ਪਰਚੇ ਹੋਣੇ ਤੇ ਇਹਦੇ ਤੇ ਕਨਾਲ ਪਾਸੀ ਆ, ਯਾਦ ਰੱਖੀ ਤੇ ਦੱਤ ਕਰ ਲੈ, ਤੇ ਜੋ ਹੁੰਦਾ ਨਾ ਤੂੰ ਕਰ ਲੈ, ਜਿੱਥੇ ਬੈਠਾ ਨੇ ਜੋ ਕਰਨਾ ਕਰੀ ਚੱਲ। ਹੁਣ ਤੁਸੀਂ ਅਵਿਨਾਸ਼ ਕੁਮਾਰ ਜਿਹਦਾ ਨਾਮ ਉਸਮਾਨ ਰੱਖਿਆ ਗਿਆ ਨੂਰ ਬਦਲ ਕੇ, ਮੈਨੂੰ ਨੀ ਪਤਾ ਜੋਤੀ ਜੀ ਕੋ ਕਿਹੜਾ ਕਾਨੂੰਨ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਨਾਮ ਬਦਲ ਸਕਦੇ, ਧਰਮ ਬਦਲ ਕੇ ਕਿਸੇ ਦਾ। ਮੈਂ ਸ਼ਾਪਿੰਗ ਕਰਨ ਜਾਣਾ ਤਾਂ ਮੈਂ ਕਾਰਡ ਉੱਤੇ ਕਰਨਾ, 3-4 ਵਾਰੀ ਕਾਰਡ ਚੱਲਣਾ ਨੀ, ਇਹਨੂੰ ਮੈਸੇਜ ਆਉਂਦਾ ਹੁੰਦਾ ਜੀ ਆ ਜਿਹਨੂੰ ਦੁੱਕੀ ਆਉਂਦੇ, ਫਿਰ ਜਾ ਕੇ 50,000 ਰੁਪਇਆ ਪਾ ਦੇਣਾ ਮੇਰੇ ਅਕਾਊਂਟ 'ਚ, ਇਹਦੀ ਆਹ ਕਾਰਡ ਸੀਗੀ। ਮੇਰੇ ਅਕਾਊਂਟ 'ਚ ਤਾਂ ਪੈਸਾ ਹੀ ਨਹੀਂ ਰਹਿੰਦਾ ਜੀ ਕੋਈ। ਪਿਛਲੇ 10 ਸਾਲਾਂ ਲਈ ਵੀ ਮੈਨੂੰ ਨਸ਼ੇੜੀ ਕਹਿਣਾ, ਕੋਈ ਨਸ਼ੇੜੀ ਇਸ ਲੈਵਲ ਤੱਕ ਕੰਮ ਨਹੀਂ ਕਰ ਸਕਦਾ, 19 ਘੰਟੇ ਕੰਮ ਨਹੀਂ ਕਰ ਸਕਦਾ। ਔਰ ਜੋਤੀ ਜੀ ਅੱਜ ਵੀ ਤੁਹਾਡੇ ਲਈ 19 ਹੀ ਇੱਜ਼ਤ ਹੈ, ਤਾਂ ਦੁਆਵਾਂ ਨੇ ਤੁਹਾਨੂੰ। ਬਸ ਇਹ ਦੁਆ ਆ ਮੇਰੀ ਤੁਹਾਡੇ ਅੱਗੇ, ਰਿਕੁਐਸਟ ਆ ਸਾਰਿਆਂ ਦੀ, ਸਾਰਿਆਂ ਨੂੰ ਸੱਚ, ਕਿ ਆਪਣੀ ਭੈਣ ਦਾ ਆਪਣੀ ਧੀ ਦਾ ਸਾਥ ਦਿਓ, ਬਸ ਤੁਹਾਡੇ ਸਾਥ ਦੀ ਲੋੜ ਆ। ਅੱਜ ਮੇਰਾ ਦਿਲ ਥੋੜ੍ਹਾ ਜਿਹਾ ਦੁਖੀ ਆ, ਮੈਂ ਇੰਨੀ ਗੱਲ ਕਹਿ ਰਹੀ ਹਾਂ ਤੁਹਾਨੂੰ। ਸੰਗਤ ਜੀ ਮੈਂ ਲਾਈਵ ਨਹੀਂ ਆਉਣਾ ਸੀ, ਪਰ ਮੈਨੂੰ ਲਾਈਵ ਆਉਣ ਲਈ ਮਜਬੂਰ ਕਰ ਦਿੱਤਾ ਗਿਆ, ਮਜਬੂਰ ਇੱਦਾਂ ਕਰ ਦਿੱਤਾ ਗਿਆ। ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ 10 ਸਾਲ ਦਾ ਟਾਈਮ ਕੋਈ ਥੋੜ੍ਹਾ ਟਾਈਮ ਨਹੀਂ ਹੁੰਦਾ, ਔਰ ਮੇਰਾ ਔਰ ਜੋਤੀ ਜੀ ਦਾ ਇੱਕ ਇੱਕ ਪਲ ਮੈਂ ਸ਼ੇਅਰ ਕੀਤਾ ਹੋਇਆ ਹਰ ਜਗ੍ਹਾ, ਔਰ ਇੱਕੋ ਦਮ ਹੀ ਬਦਲ ਜਾਣਾ ਸਾਰਾ ਕੁਛ। ਪਿਛਲੇ 10 ਸਾਲਾਂ ਲਈ ਵੀ ਮੈਨੂੰ ਨਸ਼ੇੜੀ ਕਹਿਣਾ, ਕੋਈ ਨਸ਼ੇੜੀ ਇਸ ਲੈਵਲ ਤੱਕ ਕੰਮ ਨਹੀਂ ਕਰ ਸਕਦਾ, 19 ਘੰਟੇ ਕੰਮ ਨਹੀਂ ਕਰ ਸਕਦਾ। ਔਰ ਮੈਂ ਕੁਛ ਜ਼ਿਆਦਾ ਵੀ ਬੋਲਣਾ ਨਹੀਂ ਚਾਹੁੰਦਾ, ਕਿਉਂਕਿ ਪਹਿਲਾਂ ਹੀ ਬਹੁਤ ਮਜ਼ਾਕ ਉਡਾ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਉੱਪਰ ਇਸ ਫੈਮਿਲੀ ਦਾ, ਇਸ ਫੈਮਿਲੀ ਦੇ ਲਈ। ਔਰ ਜੋਤੀ ਜੀ ਅੱਜ ਵੀ ਤੁਹਾਡੇ ਲਈ 19 ਹੀ ਇੱਜ਼ਤ ਹੈ, ਤਾਂ ਦੁਆਵਾਂ ਨੇ ਤੁਹਾਨੂੰ, ਤਾਂ ਤੁਸੀਂ ਆਪਣਾ ਧਿਆਨ ਰੱਖਿਆ ਕਰੋ। ਤਾਂ ਜਿਹੜੇ ਬੰਦੇ ਤੁਹਾਨੂੰ ਇਹ ਚੀਜ਼ਾਂ, ਚਾਹੇ ਤੁਸੀਂ ਹੋ ਜਾਂ ਕੋਈ ਵੀ ਹੈ ਇਸ ਫੈਮਿਲੀ ਨੂਰਾ ਫੈਮਿਲੀ ਦੇ ਲਈ, ਅਗਰ ਕੋਈ ਵੀ ਲਾਈਵ ਆ ਕੇ ਕੁਛ ਵੀ ਬੋਲਦਾ ਹੈ ਨਾ, ਤਾਂ ਉਹ ਕਿਸੇ ਦਾ ਸਿਖਾਇਆ ਹੋਇਆ, ਉਹ ਖੁਦ ਨਹੀਂ ਬੋਲ ਰਿਹਾ। ਔਰ ਮੈਂ ਬਹੁਤ ਦੇਰ ਤੋਂ ਸਮਝਾ ਰਿਹਾ ਸੀ ਤੁਹਾਨੂੰ ਕਿ ਜੋਤੀ ਜੀ ਬਹੁਤ ਬੰਦੇ ਮਗਰ ਲੱਗੇ ਹੋਏ ਨੇ ਵੀ ਨਾ ਕਰੋ ਨਾ ਕਰੋ ਇੱਦਾਂ ਨਾ ਕਰੋ, ਪਰ ਤੁਸੀਂ ਨਹੀਂ ਮੰਨੇ। ਤੁਸੀਂ ਕਿੰਨਾ ਗੰਦ ਬੋਲ ਰਹੇ ਹੋ ਮੇਰੇ ਲਈ, ਮੇਰੇ ਫੈਮਿਲੀ ਲਈ। ਮੈਂ ਚੁੱਪ ਬੈਠਾ ਸੀਗਾ ਕਿ ਨਹੀਂ ਯਾਰ ਜੋਤੀ ਜੀ ਤੁਸੀਂ ਆਪਣੀ ਲਾਈਫ ਸਪੈਂਡ ਕਰੋ, ਅਗਰ ਤੁਸੀਂ ਮੈਨੂੰ ਨਿਕਾਲ ਕੇ ਖੁਸ਼ ਹੋ ਨਾ ਤਾਂ ਕੋਈ ਗੱਲ ਨਹੀਂ, ਮੈਂ ਸਾਈਡ ਤੇ ਬੈਠਾ ਸੰਗਤ ਜੀ। ਤੁਹਾਨੂੰ ਨਹੀਂ ਪਤਾ ਜਿਹੜੇ ਬੰਦੇ ਕਮੈਂਟ ਕਰ ਰਹੇ ਨੇ, ਮੇਰਾ ਭਰਾ ਇੱਕ ਵਾਰ ਰਿਐਲਿਟੀ ਦੇਖਣਾ ਕੀ ਹੈ। ਜਦੋਂ ਰਿਐਲਿਟੀ ਚੈੱਕ ਕਰੋਗੇ ਨਾ ਕਿਸ ਬੰਦੇ ਦੇ ਲਈ, 2% ਦੇ ਉਸ ਬੰਦੇ ਦੇ ਲਈ ਜਿਹਦਾ ਨਾਮ ਉਸਮਾਨ ਹੈ, ਅਵਿਨਾਸ਼ ਕੁਮਾਰ ਕਰਤਾਰਪੁਰ ਦਾ ਉਹ ਰਹਿਣ ਵਾਲਾ ਕ੍ਰਿਮੀਨਲ, ਉਹ ਬੰਦਾ ਗੈਂਗਸਟਰ, ਉਹ ਬੰਦਾ ਤਾਂ ਹੀ ਭਾਜੀ ਇਹ ਸਾਰਾ ਪਰਿਵਾਰ ਅਲੱਗ ਅਲੱਗ ਹੋ ਗਿਆ ਸਾਡਾ, ਉਸ ਬੰਦੇ ਦੀ ਬਦੌਲਤ। ਉਹਦੇ ਪਹਿਲਾਂ ਵੀ ਉਹ, ਮੈਂ ਹੁਣ ਉਹ ਚੀਜ਼ਾਂ ਨਹੀਂ ਬੋਲਣਾ ਚਾਹੁੰਦਾ, ਬਸ ਤੁਸੀਂ ਇੱਕ ਵਾਰ ਚੈੱਕ ਕਰਵਾ ਲੈਣਾ। ਕੁਨਾਲ ਪਾਸੀ ਦਾ ਤਾਂ ਪਤਾ ਹੈ ਨਾ ਸਾਰਿਆਂ ਨੂੰ, ਹੈ ਨਾ। ਤਾਂ ਹੁਣ ਤੁਸੀਂ ਅਵਿਨਾਸ਼ ਕੁਮਾਰ ਜਿਹਦਾ ਨਾਮ ਉਸਮਾਨ ਰੱਖਿਆ ਗਿਆ ਨੂਰ ਬਦਲ ਕੇ, ਮੈਨੂੰ ਨਹੀਂ ਪਤਾ ਜੋਤੀ ਜੀ ਕੋ ਕਿਹੜਾ ਕਾਨੂੰਨ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਨਾਮ ਬਦਲ ਸਕਦੇ, ਧਰਮ ਬਦਲ ਕੇ ਕਿਸੇ ਦਾ। ਤਾਂ ਇਹ ਮੈਂ ਨਹੀਂ ਬੋਲਣਾ ਸੀ, ਔਰ ਮੈਂ ਰਿਕੁਐਸਟ ਕਰਦਾ ਜਿੰਨੇ ਵੀ ਇਸ ਫੈਮਿਲੀ ਮੈਂਬਰ ਤੋਂ ਵਾਰ ਵਾਰ ਲਾਈਵ ਹੁੰਦੇ ਨੇ, ਨਾ ਹੋਵੋ ਨਾ ਹੋਵੋ, ਮੀਡੀਆ ਦੇ ਵਿੱਚ ਨਾ ਆਓ, ਘਰ ਦੀ ਗੱਲ ਹੈ। ਤੁਹਾਨੂੰ ਮੈਂ ਨਹੀਂ ਪਸੰਦ ਸੀਗਾ ਨਾ, ਤੁਸੀਂ ਪਹਿਲਾਂ ਵੀ ਮੈਨੂੰ ਮੀਡੀਆ ਦੇ ਵਿੱਚ ਬਦਨਾਮ ਕੀਤਾ, ਹੁਣ ਵੀ ਤੁਸੀਂ, ਮੈਂ ਇੱਕ ਵਾਰ ਵੀ ਨਹੀਂ ਬੋਲਿਆ, ਅੱਜ ਫਸਟ ਟਾਈਮ ਬੋਲ ਰਿਹਾ। ਤੁਸੀਂ ਹਟਦੇ ਨਹੀਂ ਪਏ, ਪਹਿਲਾਂ ਮੈਨੂੰ ਨਿਕਾਲਿਆ ਗਿਆ, ਫਿਰ ਸੁਲਤਾਨਾ ਜੀ ਨੂੰ ਨਿਕਾਲਿਆ ਗਿਆ, ਔਰ ਨਿਕਾਲਣ ਦਾ ਹੱਕ ਜੋਤੀ ਜੀ ਸਿਰਫ ਤੁਹਾਡੇ ਕੋਲ ਹੈ, ਔਰ ਕਿਸੇ ਨੂੰ ਰੱਖਣ ਦਾ ਹੱਕ ਵੀ ਸਿਰਫ ਤੁਹਾਡੇ ਕੋਲ ਹੈ। ਭਾਜੀ ਕਮੈਂਟਾਂ ਦੀ ਮੈਨੂੰ ਪਰਵਾਹ ਨਹੀਂ ਹੈਗੀ, ਜਦੋਂ ਸੱਚ ਮੂਹਰੇ ਆਉਣਾ ਨਾ ਉਸਮਾਨ ਨੂਰ ਜੀ ਦਾ,
ਜਿਹਨੇ ਡੇਢ ਸਾਲ ਤੋਂ ਸਾਡਾ ਪਰਿਵਾਰ ਬਰਬਾਦ ਕਰ ਦਿੱਤਾ, ਖਤਮ ਕਰ ਦਿੱਤੀਆਂ ਸਾਰੀਆਂ ਚੀਜ਼ਾਂ ਸਾਡੇ ਪਰਿਵਾਰ ਦੇ ਵਿੱਚੋਂ। ਇਹ ਜਿਹੜੇ ਬੋਲਦੇ ਪਏ ਨਾ ਯੂਜ਼ਡ ਜੋਤੀ, 10 ਸਾਲ ਹੋ ਗਏ ਨੇ ਮੈਨੂੰ ਜੋਤੀ ਜੀ ਨਾਲ ਰਹਿੰਦੇ, ਔਰ ਜਿਹੜੇ ਕਿਹੜੇ ਕਹਿ ਰਹੇ ਆ ਨਾ ਸਾਡੇ ਕੋਲ ਹੈ ਨੀ, ਸਾਡੇ ਕੋਲ ਹੈ ਨੀ। ਅਗਰ ਭਾਜੀ ਮੈਂ ਝੂਠਾ ਹੁੰਦਾ ਨਾ, ਉਹ ਸੰਗਤ ਜੀ ਮੈਂ ਝੂਠਾ ਹੁੰਦਾ, ਅੱਜ ਇੱਥੇ ਬੈਠ ਕੇ ਕੇਸ ਲੜ ਨਹੀਂ ਰਿਹਾ ਹੁੰਦਾ ਜੋਤੀ ਜੀ ਦਾ, ਮੈਂ ਲੈ ਕੇ ਸਭ ਕੁਛ ਨਿਕਲ ਗਿਆ ਹੁੰਦਾ ਹੁਣ ਨੂੰ ਤਾਂ। ਔਰ ਆਹ ਕਮੈਂਟਸ ਦੇ ਉੱਪਰ ਲੱਖਾਂ ਰੁਪਏ ਲਗਾਏ ਜਾ ਰਹੇ ਨੇ, ਮੇਰੇ ਲਈ ਨੈਗੇਟਿਵ ਕਮੈਂਟ ਪਾਏ ਜਾਣ, ਜੋਤੀ ਜੀ ਲਈ ਪੋਜ਼ਿਟਿਵ ਕਮੈਂਟ ਪਾਏ ਜਾਣ, ਮੈਨੂੰ ਪਰਵਾਹ ਨਹੀਂ ਹੈ ਉਸ ਚੀਜ਼ਾਂ ਦੀ। ਪੂਰੀ ਦੁਨੀਆ ਮੈਨੂੰ ਪਿਆਰ ਕਰਦੇ ਪਿਓ ਤੁਸੀਂ ਮਾਲਕੋ, ਪੂਰੀ ਦੁਨੀਆ ਚੋਂ ਮੈਨੂੰ ਪਿਆਰ ਮਿਲਦਾ ਪਿਆ ਹੈ। ਔਰ ਜੋਤੀ ਜੀ ਤੁਸੀਂ ਕਹਿੰਦੇ ਆ ਨਾ UK ਨਹੀਂ ਆਣ ਦਿੱਤਾ, ਮੈਂ ਮੈਨੇਜਮੈਂਟ ਕਰਦਾ, ਕੋਈ ਪਾਗਲ ਨਹੀਂ ਹੈ ਮੈਂ। ਤੁਹਾਡੇ ਸ਼ੋਜ਼ ਨਾ ਖਰਾਬ ਹੋਣ, ਪ੍ਰਮੋਟਰਸ ਦੇ ਲੱਗੇ ਹੋਏ ਇੰਨੇ ਪੈਸੇ ਨਾ ਖਰਾਬ ਹੋਣ। ਅਗਰ ਮੇਰੇ ਜਾਣ ਦੇ ਨਾਲ ਤੁਹਾਡੇ ਸ਼ੋਜ਼ ਕੰਪਲੀਟ ਹੁੰਦੇ ਆ ਤਾਂ ਮੈਨੂੰ ਕੀ ਜ਼ਰੂਰਤ ਹੈ ਜਾਣ ਦੀ? ਸੁਲਤਾਨਾ ਜੀ ਪਹੁੰਚੇ ਆ ਨਾ, ਪਰ ਤੁਸੀਂ ਹਰੇਕ ਜਾਣੇ ਨੂੰ ਬਦਨਾਮ ਕਰਦੇ ਪਏ ਹੋ। ਨਾ ਕਰੋ ਏਦਾਂ, ਮੈਂ ਰਿਕੁਐਸਟ ਕਰਦਾ ਨਾ ਕਰੋ, ਨਾ ਜੋਤੀ ਜੀ ਨੂੰ ਔਰ ਨਾ ਕਿਸੇ ਨੂੰ ਸਲਾਮਾਂ ਦੇਖ ਕੇ ਲਾਈਵ ਹੋਣ ਲਈ ਬਾਰ ਬਾਰ ਕਹੋ, ਕੋਈ ਫਾਇਦਾ ਨਹੀਂ ਹੋਏਗਾ ਜਿਹੜਾ ਵੀ ਇਹਦੇ ਪਿੱਛੇ ਹੈ। ਮੇਰੇ ਕੋਲ ਸਭ ਚੀਜ਼ਾਂ ਦਾ ਜਵਾਬ ਹੈ ਭਾਜੀ, ਵਕਤ ਦੱਸੂਗਾ, ਵਕਤ ਦੱਸੂਗਾ ਕਿਹਦੇ ਲਈ ਔਰ ਕਿਹਨੂੰ ਮੇਰੀ ਇਮੇਜ ਇੱਦਾਂ ਹੀ ਦੇਣ ਦੇ ਲਈ ਇਹ ਸਭ ਕੁਛ ਕੀਤਾ ਗਿਆ। ਬਾਕੀ ਜਾਇਦਾਦਾਂ ਦੀ ਮੈਂ ਰਿਕੁਐਸਟ ਕਰਦਾ ਸਾਰੀ ਫੈਮਿਲੀ ਨੂੰ, ਪਲੀਜ਼ ਲਾਈਵ ਨਾ ਆਓ, ਬਾਰ ਬਾਰ ਲਾਈਵ ਆ ਕੇ ਚੀਜ਼ਾਂ ਨਾ ਕਰੋ। ਮੈਂ ਪਹਿਲਾਂ ਵੀ ਰਿਕੁਐਸਟ ਕਰਦਾ, ਮੈਨੂੰ ਮਜਬੂਰ ਕੀਤਾ ਗਿਆ। ਸਾਰੇ ਜਾਣੇ ਦੁਆ ਕਰੋ, ਕੋਈ ਕਿਸੇ ਨੂੰ ਅਲੱਗ ਨਹੀਂ ਕਰ ਸਕਦਾ। ਔਰ ਮੈਨੂੰ ਸਾਹਿਲ ਨੂੰ ਦੋਨਾਂ ਜਾਣਿਆਂ ਦਾ ਵੀਜ਼ਾ ਰੋਕਿਆ ਗਿਆ ਤਾਂ ਅਸੀਂ ਖੁਸ਼ ਹਾਂ ਕਿ ਮੇਰੇ ਔਰ ਸਾਹਿਲ ਦੇ ਨਾ ਜਾਣ ਨਾਲ UK ਟੂਰ ਅੱਛਾ ਹੋ ਰਿਹਾ ਤਾਂ ਕੋਈ ਗੱਲ ਨਹੀਂ। ਬਾਕੀ ਜੋਤੀ ਜੀ ਗਲਤ ਨਾ ਬੋਲੋ, ਇੰਨਾ ਗਲਤ ਨਾ ਬੋਲੋ। ਤਾਂ ਬਾਕੀ ਹਾਂਜੀ ਸੱਚ ਹੈ ਮਹਾਰਾਜ, ਜਦੋਂ ਕਿਸੇ ਨੇ ਕਿਸੇ ਨੂੰ ਚੜਨਾ ਹੁੰਦਾ ਤਾਂ ਉਹਨੂੰ ਬਦਨਾਮ ਕਰਦਾ, ਬਹੁਤ ਬਦਨਾਮ ਕਰਦਾ। ਔਰ ਜਦੋਂ ਕਿਸੇ ਦਾ ਮੁਕਾਬਲਾ ਨਹੀਂ ਹੁੰਦਾ ਕਿਸੇ ਦੇ ਕੋਲੋਂ ਤਾਂ ਵੀ ਉਹਨੂੰ ਬਦਨਾਮ ਕਰਦਾ। ਤਾਂ ਬਾਕੀ ਰੱਬ ਰਾਖਾ ਆ, ਮੈਂ ਰਿਕੁਐਸਟ ਕਰਦਾ ਉਸਤਾਦ ਜੀ ਨੂੰ ਵੀ ਰਿਕੁਐਸਟ ਕਰਦਾ ਕਿ ਉਸਤਾਦ ਜੀ ਪਲੀਜ਼, ਅਸੀਂ ਬੱਚੇ ਹਾਂ ਤੁਹਾਡੇ, ਤੁਸੀਂ ਜਦੋਂ ਬਾਜ਼ ਮਾਰੀ ਹੈ ਕੁਨਾਲ ਹਾਜ਼ਰ ਖੜਾ ਹੈ ਤੁਹਾਡੇ ਲਈ, ਪਰ ਤੁਸੀਂ ਇੱਦਾਂ ਨਾ ਕਿਹਾ ਕਰੋ ਕਿ ਮੈਂ ਕੀ ਲੈਣਾ ਦੇਣਾ। ਨਹੀਂ, ਤੁਸੀਂ ਅੱਜ ਵੀ ਆਵਾਜ਼ ਮਾਰੋਗੇ ਅਸੀਂ ਖੜੇ ਹਾਂ, ਅਸੀਂ ਅੱਜ ਵੀ ਤੁਹਾਡੀ ਸ਼ਾਨ ਦੇ ਖਿਲਾਫ ਨਹੀਂ ਬੋਲਾਂਗੇ ਨਾ ਕਦੀ ਬੋਲੇ ਹਾਂ। ਤਾਂ ਜਿਹੜੇ ਬੋਲਦੇ ਪਏ ਨੇ ਔਰ ਰੀਤੂ ਜੀ ਜੋਤੀ ਜੀ ਜੋ ਕਰਦੇ ਪਏ ਨੇ ਪਲੀਜ਼, ਤਾਂ ਉਹਨਾਂ ਦੀਆਂ ਮਹਾਰਾਜ ਕਮੈਂਟਸ ਜਿਹੜੇ ਗਲਤ ਕਰਦੇ ਆ ਜੋਤੀ ਜੀ ਆ ਉਸਮਾਨ ਨੂੰ ਧਮਕੀਆਂ ਦੇ ਰਹੇ, ਮੈਨੂੰ ਧਮਕੀਆਂ ਮਿਲ ਰਹੀਆਂ ਰੋਜ਼। ਮਹਾਰਾਜ ਗੈਂਗਸਟਰ ਬੰਦਾ ਰੱਖਿਆ ਹੋਇਆ ਜੋਤੀ ਜੀ ਨੇ, ਉਸਮਾਨ ਨੂਰ ਅਵਿਨਾਸ਼ ਕੁਮਾਰ ਆ ਜਿਹਦਾ ਨਾਮ, ਕਰਤਾਰਪੁਰ ਦਾ ਰਹਿਣ ਵਾਲਾ ਉਹ। ਤਾਂ ਸੰਗਤ ਜੀ ਇੱਕ ਸਾਈਡ ਨਾਲ ਦੇਖਿਆ ਕਰੋ, ਮੈਂ ਮੰਨਦਾ ਜੋਤੀ ਜੀ ਆਰਟਿਸਟ ਨੇ, ਬਹੁਤ ਬਾ ਕਮਾਲ ਆਰਟਿਸਟ ਨੇ, ਸੁਰ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ, ਪਰ ਜੋਤੀ ਜੀ ਇੱਦਾਂ ਨਹੀਂ ਕਰੀਦਾ ਹੁੰਦਾ, ਇੱਦਾਂ ਨਹੀਂ ਕਰੀਦਾ ਹੁੰਦਾ। ਤਾਂ ਬਾਕੀ ਉਸਮਾਨ ਜੀ ਤੁਸੀਂ ਬਹੁਤ ਪੈਸੇ ਲਗਾ ਰਹੇ ਹੋ ਮੈਨੂੰ ਬਦਨਾਮ ਕਰਨ ਲਈ, ਪਰ ਉਹ ਰੱਬ ਬੈਠਾ। ਉਸਮਾਨ ਅਵਿਨਾਸ਼ ਕੁਮਾਰ ਕਰਤਾਰਪੁਰ ਦਾ ਸਾਡਾ ਡਰਾਈਵਰ ਸੀ, ਜਿਹਨੂੰ ਇਹ ਕਹਿ ਰਿਹਾ ਮੈਂ ਕੀ ਕਹਿ ਸਕਦਾ, ਤੁਹਾਨੂੰ ਪਤਾ ਲੱਗ ਜਾਣਾ, ਚੈੱਕ ਕਰ ਲੈਣਾ। ਜੋਤੀ ਜੀ ਨੇ ਉਹਦਾ ਨਾਮ ਉਸਮਾਨ ਨੂਰ ਰੱਖਿਆ ਹੁਣ। ਤਾਂ ਸੋਰੀ ਮੈਂ ਕੁਛ ਵੀ ਗਲਤ ਕਹਿ ਗਿਆ ਹੋਵਾਂ ਸੰਗਤ ਜੀ, ਬਸ ਇੰਨਾ ਕੁ ਲਾਈਵ ਆਉਣ ਲਈ ਮੈਂ ਮਜਬੂਰ ਹੋ ਚੁੱਕਾ ਸੀ, ਤਾਂ ਮੈਂ ਸਾਰਿਆਂ ਲਈ ਹਾਜ਼ਰ ਹਾਂ। ਤਾਂ ਇਹ ਰੱਬ ਜੀ ਜਾਣਦੇ ਆ ਜੀ ਕਿੱਦਾਂ ਨਾਮ ਬਦਲਿਆ, ਉਸਮਾਨ ਨੂਰ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਮੈਂ ਨਹੀਂ ਜਾਣਦਾ। ਤਾਂ ਮੈਂ ਇਸ ਨਾਮ ਦੇ ਖਾਤਰ ਚੁੱਪ ਹਾਂ ਔਰ ਚੁੱਪ ਸੀ, ਤਾਂ ਰੱਬ ਜਾਣਦਾ। ਥੈਂਕ ਯੂ, ਥੈਂਕ ਯੂ ਸੰਗਤ ਜੀ, ਦੁਆ ਰੱਖਣਾ ਬਸ। ਡਰਦਾ ਨਹੀਂ ਮੈਂ, ਡਰਦਾ ਹੁੰਦਾ ਤੇ ਅੱਜ 8 ਮਹੀਨੇ ਹੋ ਗਏ ਜੋਤੀ ਜੀ ਨੇ ਮੇਰੇ ਤੇ ਕੇਸ ਕੀਤਾ ਹੋਇਆ, ਮੈਂ ਬੈਠਾ। ਡਰਦਾ ਮੈਂ ਰੱਬ ਕੋਲੋਂ ਹਾਂ, ਸਿਰਫ ਰੱਬ ਕੋਲੋਂ ਡਰਦਾ ਸੰਗਤ ਜੀ। ਤੁਸੀਂ ਕਹਿ ਸਕਦੇ ਹੋ, ਤੁਹਾਡਾ ਹੱਕ ਹੈ, ਕਿਉਂਕਿ ਤੁਸੀਂ ਗਲਤ ਕਮੈਂਟ ਕਰਨ ਵਾਲਿਆਂ ਨੂੰ ਵੀ, ਤੁਹਾਨੂੰ ਹਜੇ ਪਤਾ ਨਹੀਂ ਹੈ ਕੁਛ ਵੀ,
ਤੁਹਾਨੂੰ ਕੁਛ ਵੀ ਨਹੀਂ ਪਤਾ ਮੈਂ ਕਿਸ ਤਰ੍ਹਾਂ 9 ਸਾਲ ਦੇ ਵਿੱਚ ਕਿਹੜਾ ਕਿਹੜਾ ਕਿੱਦਾਂ ਜੀ ਕੇ ਇੱਥੇ ਤੱਕ ਆਇਆ ਪਰ ਅੱਜ ਤੱਕ ਮੈਂ ਇਸ ਪਰਿਵਾਰ ਨੂੰ ਅਲੱਗ ਨਹੀਂ ਹੋਣ ਦਿੱਤਾ ਸੀ ਕਦੀ ਕੋਈ ਮੇਰੇ 'ਤੇ ਇਲਜ਼ਾਮ ਲਗਾਈ ਜਾਵੇ ਮੈਨੂੰ ਕੋਈ ਟੈਨਸ਼ਨ ਹੀ ਹੈ ਨਹੀਂ ਕਿਸੇ ਦੀ ਜੇ ਟੈਨਸ਼ਨ ਨਹੀਂ ਨਾ ਬੈਠਾ ਅਗਰ ਇੱਦਾਂ ਦੀ ਗੱਲ ਹੁੰਦੀ ਸੁਲਤਾਨਾ ਜੀ ਅੱਜ ਉੱਥੇ ਯੂਕੇ 'ਚ ਨਾ ਹੁੰਦੇ ਸੁਲਤਾਨਾ ਜੀ ਯੂਕੇ 'ਚ ਆ ਨਾ ਕਿਉਂਕਿ ਮੈਂ ਇਹਨਾਂ ਦਾ ਨਾਮ ਨਹੀਂ ਖਰਾਬ ਕਰਨਾ ਚਾਹੁੰਦਾ ਪ੍ਰਮੋਟਰਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਪਹਿਲਾਂ ਹੀ ਜੋਤੀ ਜੀ ਨੇ ਬਹੁਤ ਪਰੇਸ਼ਾਨ ਕੀਤਾ ਉਹਨਾਂ ਦੇ ਦੱਸ ਵੀ ਨਹੀਂ ਸਕਦੇ ਅਸੀਂ ਉਸਮਾਨ ਨੂਰ ਤੂੰ ਮੇਰੀ ਲਾਈਫ ਖਰਾਬ ਕੀਤੀ ਹੈ ਔਰ ਅਗਰ ਕੁਛ ਵੀ ਹੋਇਆ ਕਿਸੇ ਵੀ ਗੱਲ ਦਾ ਤੂੰ ਜ਼ਿੰਮੇਵਾਰ ਹੈ ਮੈਂ ਲਾਈਵ ਕਹਿ ਰਿਹਾ ਅੱਜ ਮੈਂ ਮਜਬੂਰ ਹੋ ਕੇ ਕਹਿ ਰਿਹਾ 1.5 ਸਾਲ ਹੋ ਗਏ ਸੰਗਤ ਜੀ ਮੈਨੂੰ ਖੂਨ ਦੇ ਹੰਝੂ ਰਵਾਏ ਇਹਨਾਂ ਨੇ ਇੱਕ ਇੱਕ ਪੈਸਾ ਇਹਨਾਂ ਦੇ ਕੋਲ ਹੈ ਤੂੰ ਬਹੁਤ ਮੋਟੀਆਂ ਸੋਨੇ ਦੀਆਂ ਚੈਨਾਂ ਪਾ ਕੇ ਘੁੰਮਦਾ ਭਰਾ ਕੋਈ ਗੱਲ ਨਹੀਂ ਔਰ ਜਿਸ ਦਿਨ ਦੇ ਮੈਂ ਤੁਸੀਂ ਮੈਨੂੰ ਨਹੀਂ ਕਰ ਲਿਆ ਫਿਰ ਸੁਲਤਾਨਾ ਜੀ ਨੂੰ ਜਦੋਂ ਅਸੀਂ ਦੋਨੋਂ ਹੀ ਆਪਣੀ ਰੋਟੀ ਚਲਾਉਣ ਲਈ ਕੰਮ ਕਰਨ ਲੱਗ ਪਏ ਤਾਂ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਔਰ ਮੇਰਾ ਔਰ ਸਾਹਿਲ ਦਾ ਵੀਜ਼ਾ ਰੋਕਿਆ ਗਿਆ ਯੂਕੇ ਦਾ ਅਸੀਂ ਨਹੀਂ ਆਏ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਸਾਨੂੰ ਕੋਈ ਮਤਲਬ ਨਹੀਂ ਤੁਸੀਂ ਫਿਰ ਵੀ ਨਹੀਂ ਹਟਦੇ ਪਏ ਹੈਗੇ ਤਾਂ ਇੱਕ ਵਾਰ ਅਵਿਨਾਸ਼ ਕੁਮਾਰ ਉਹਦਾ ਨਾਮ ਅਭੀ ਔਰ ਹੁਣ ਉਸਮਾਨ ਨੂਰ ਉਹਦਾ ਰਿਕਾਰਡ ਚੈੱਕ ਕਰਨਾ ਇੱਕ ਵਾਰ ਕੀ ਹੈ ਉਹਦਾ ਰਿਕਾਰਡ ਅੱਜ ਮੇਰੇ ਲਈ ਗੱਲਾਂ ਕਰਦੇ ਪਏ ਨੇ ਰੱਬ ਜਾਣਦਾ ਬਾਕੀ ਮਾਫ਼ੀ ਦੇਣਾ ਕੁਛ ਗਲਤ ਕਹਿ ਗਿਆ ਹੋਵਾਂ ਗਲਤੀ ਗੁਸਤਾਖੀ ਮਾਫ਼ ਦੁਆ ਰੱਖਣਾ ਸਾਡੇ ਲਈ ਮਾਲਕੋ ਤੁਸੀਂ ਜਾ ਕੇ ਮਾੜਾ ਜਲੰਧਰ ਦਾਨਿਸ਼ ਮੰਦਰ ਦੇਖ ਲਿਓ ਇਹ ਦਰਬਾਰ ਕਿਹਨੇ ਬਣਾਇਆ ਇਹ ਘਰ ਕਿਹਨੇ ਬਣਾਇਆ ਹੋਰ ਜਿਹੜੇ ਪਲਾਟ ਪਲੂਟ ਜੋ ਹੈ ਸਾਰਾ ਕੁਛ ਲਿਆ ਕਿਹਨੇ ਕੀਤਾ ਅੱਜ ਦੱਸਦੇ ਫਿਰਦੇ ਆ ਸਾਡਾ ਦਿੱਤਾ ਨੀ ਸਾਥ ਕੁੜੀਆਂ ਨੇ ਸਾਡਾ ਏਦਾਂ ਨੀ ਕੀਤਾ ਮੈਨੂੰ ਦੱਸਣ ਦੀ ਤਾਂ ਲੋੜ ਹੀ ਹੈ ਨੀ ਸਾਰਿਆਂ ਨੂੰ ਪਤਾ ਵੀ ਕਿਹਨੇ ਕੀਤਾ ਕਿਹਨੇ ਨਹੀਂ ਤੇ ਸਾਰੀ ਦਾਲ ਖਿਚੜੀ ਰਲੀ ਹੈ ਏਦਾਂ ਹੀ ਮੈਂ ਮੈਨੂੰ ਡੋਬਣ ਨੂੰ ਹੋਏ ਸਾਰੇ ਵੀ ਇਹ ਮਰ ਜਾਵੇ ਇਹਦਾ ਕੰਮ ਹੀ ਤਮਾਮ ਹੋ ਜਾਵੇ ਕਿਉਂ ਅੱਜ ਆਪਣੀ ਲਾਈਫ ਬਾਰੇ ਸੋਚਿਆ ਨਾ ਤਾਂ ਉਹਨਾਂ ਨੂੰ ਇਹ ਸੀਗਾ ਬਸ ਸਾਡੇ ਦਾਇਰੇ 'ਚ ਹੀ ਰਹੇ ਗਾਈ ਜਾਵੇ ਤੇ ਸਾਨੂੰ ਪੈਸੇ ਦੇਈ ਜਾਵੇ ਏਦਾਂ ਨਹੀਂ ਹੁੰਦੀ ਹੋ ਗਿਆ ਜਿੰਨਾ ਕੁ ਹੋਣਾ ਸੀ ਸਾਡੇ ਕੋਲ ਨਹੀਂ ਦਿਮਾਗ ਦਮੂਗ ਇੰਨਾ ਨਾ ਅਸੀਂ ਸ਼ੈਤਾਨ ਹੀ ਹਾਂ ਪਰ ਜੇ ਸਾਡੇ ਨਾਲ ਕੋਈ ਸ਼ੈਤਾਨੀ ਕਰਦਾ ਨਾ ਸਾਨੂੰ ਦੁੱਖ ਤਾਂ ਲੱਗਦਾ ਉਹ ਬਹੁਤ ਬਲਵਾਨ ਆ ਉਹ ਮਾਰਦਾ ਤਾਂ ਚੰਗੀ ਤਰ੍ਹਾਂ ਯਾਰ ਆਪ ਉਹ ਕਿੱਧਰ ਭੱਜਣਾ ਤੂੰ ਅੱਜ ਦਿਮਾਗ ਬੜਾ ਪਰੇਸ਼ਾਨ ਹੋ ਗਿਆ ਬੜਾ ਸਾਰਾ ਕੁਛ ਕਰ ਕਰਾ ਕੇ ਨਾ ਬੜਾ ਭੋਲਾ ਬਣ ਜਾਂਦਾ ਵੀ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਸਿਆਣਾ ਵੱਡਾ ਆ ਫਕਰਾਂ ਨੂੰ ਤਾਂ ਫਰੋਡ ਕੀਤਾ ਐਂ ਬਾਹਰਲੇ ਲੋਕਾਂ ਨੂੰ ਤਾਂ ਫਰੋਡ ਕੀਤਾ ਕਿਸੇ ਤੋਂ ਪਤਾ ਲੱਗ ਜਾਵੇ ਨਾ ਇਹ ਬੰਦਾ ਸਾਮੀ ਹੈ ਜਾਂ ਬੰਦਾ ਅਮੀਰ ਹੈ ਜਾਂ ਕੁਛ ਵੀ ਹੈ ਉਹ ਤੋਂ ਹੀ ਪੋਟੂਗਾ ਪੈਸਾ ਦੇ ਦੇ ਸੈਡ ਅੱਜ ਬਹੁਤ ਜ਼ਿਆਦਾ ਸੈਡ ਆ ਪਰ ਐਨੀਵੇਜ਼ ਕੋਈ ਹਾਂ ਜੀ ਕੀਤਾ ਅਸੀਂ ਗੁਰਦਾਸਪੁਰ ਸ਼ੋਅ ਬੁੱਕ ਹੋਇਆ ਪਰ ਇੰਗਲੈਂਡ ਤੋਂ ਆ ਕੇ ਫਿਰ ਗੁਰਦਾਸਪੁਰ ਹੀ ਹੋਣਾ ਬਾਕੀ ਤਾਂ ਜੀ ਇੱਦਾਂ ਦੁਆਵਾਂ ਦਿਓ ਅਤੇ ਪਿਆਰ ਦਿਓ ਬਸ ਔਰ ਹਮੇਸ਼ਾ ਸੱਚ ਦਾ ਸਾਹਮਣਾ ਕਰਨਾ ਸਿੱਖੋ ਬਸ ਕਿਉਂਕਿ ਮੈਂ ਜਦ ਦਾ ਸ਼ੁਰੂ ਕੀਤਾ ਨਾ ਗਾਉਣਾ ਮੈਂ ਤੁਹਾਡੇ ਹੱਥਾਂ 'ਚ ਗਾਇਆ ਅਤੇ ਤੁਹਾਡੇ ਸਾਹਮਣੇ ਆਹਮਣੇ ਸਾਹਮਣੇ ਸਾਰਾ ਕੁਛ ਹੋਇਆ ਮੇਰੀ ਕਦੀ ਮੇਰੇ ਘਰ ਦੀ ਵੀਡੀਓ ਵੇਖੀ ਤੁਸੀਂ ਮੈਂ ਬਣਾਇਆ ਹੋਊਗਾ ਤਾਂ ਮੈਂ ਪਾਊਂਗੀ ਵੀ ਆ ਜੀ ਆ ਜੋਤੀ ਨੂਰਾਂ ਦਾ ਘਰ ਹੈ ਆਪਣੇ ਬੈੱਡ 'ਤੇ ਬੈਠੀ ਹੈ ਘਰੇ ਆ ਪਿਛਲਾ ਕੰਧ ਉਹਦੀ ਹੈ ਜੋਤੀ ਨੂਰਾਂ ਦੇ ਘਰ ਦੀ ਜਾਂ ਸਾਡੇ ਕੋਲ ਹੋਇਆ ਹੀ ਨਹੀਂ ਤਾਂ ਇਹ ਕੀ ਪਾਉਣਾ ਵੀਡੀਓ ਪਰ ਫਿਰ ਵੀ ਦਲੇਰੀ ਰੱਖੀ ਨਹੀਂ ਕੋਈ ਨਾ ਕੋਈ ਨਾ ਮਾਲਕ ਲਿਆਊਗਾ ਟਾਈਮ ਫੇਰ ਕੀ ਹੋਇਆ ਜੇ ਅੱਜ ਉਹਨੇ ਟਾਈਮ ਲਿਆਂਦਾ ਨਾ ਇਹਨਾਂ ਦੀ ਨਿਕਲਦੀ ਜਾਨ ਇਹ ਤਾਂ ਬਸ ਇਹ ਕਹਿੰਦੇ ਆ ਵੀ ਬਾਏ ਦਾ ਕੁਛ ਨਾ ਬਣੇ ਕੁਛ ਵੀ ਨਾ ਹੋਵੇ ਇਹਦਾ ਇਹ ਫਲੋਪ ਹੋ ਜਾਵੇ ਮਰ ਜਾਵੇ ਏਦਾਂ ਨਹੀਂ ਮਰਦੇ ਕੁਛ ਕਰਕੇ ਮਰਾਂਗੇ ਓਦਾਂ ਤਾਂ ਨਹੀਂ ਮਰਦੇ ਇਹ ਜਦ ਦਾ ਬੰਦਾ ਸਾਡੇ ਵਿੱਚ ਆ ਇਹਨਾਂ ਨੇ ਸਾਰੇ ਵਿਖੇੜ ਕੇ ਰੱਖਤੇ ਕਿਸੇ ਦਾ ਮੂੰਹ ਉਹਨੂੰ ਹੋ ਗਿਆ ਕਿਸੇ ਦਾ ਮੂੰਹ ਉਹਨੂੰ ਹੋ ਗਿਆ ਕੀ ਸਿਰਫ ਇੱਕ ਇਹਦੇ ਮਾਇਆ ਦੇ ਚੱਕਰਾਂ ਜੀ ਇਹ ਤਾਂ ਬੰਦਾ ਪੈਸੇ ਦੇ ਕੇ ਬੰਦੇ ਨੂੰ ਖਰੀਦ ਲੈਂਦਾ ਇੱਦਾਂ ਦਾ ਬੰਦਾ ਹੈ ਜਿਹਨੂੰ ਕਨਾਲ ਪਾਸੀਆਂ ਦੇ ਇੱਥੇ ਮੇਰੇ ਜਿਹੜੇ ਨਾਲ ਵੀ ਕੰਮ ਕਰਦੇ ਉਹਨਾਂ ਨੂੰ ਵੀ ਕਹੂਗਾ ਪਹਿਲਾਂ ਹੀ ਤੁਸੀਂ ਬਾਬਿਆਂ ਨੂੰ ਫੋਨ ਨਾ ਕਰੀਓ ਜਿਹੜੀ ਗੱਲ ਕਰਨੀ ਮੇਰੇ ਨਾਲ ਕਰਿਓ ਇੱਦਾਂ ਦਾ ਬੰਦਾ ਹੈ ਭਾਵੇਂ ਕਿਹੜੇ ਮੂੰਹ ਨਾਲ ਮੀਡੀਆ 'ਚ ਆਇਆ ਬੋਲਦਾ ਹੈ ਨਾ ਤੇਰੇ ਪੱਲੇ ਸ਼ਕਲ ਨਾ ਤੇਰੇ ਅਗਲ ਪੱਲੇ ਮੈਂ ਬੜਾ ਦੁੱਖ ਕੱਟਿਆ ਬੜਾ ਹੀ ਪਰ ਅੱਜ ਤੁਹਾਡੀਆਂ ਦੁਆਵਾਂ ਨਾਲ ਮੈਂ ਖੁਸ਼ ਹਾਂ ਔਰ ਕੋਈ ਪਿਆਰ ਕੀਤਾ ਹੀ ਕੋਈ ਡਾਕਾ ਨਹੀਂ ਮਾਰਿਆ ਮੈਂ ਵੀ ਤੁਹਾਨੂੰ ਦੱਸ ਦੇਵਾਂ ਜਿੰਦਾ ਜੀ ਬੰਦਾ ਬੜਾ ਕੁਛ ਕਰਦਾ ਮੈਂ ਪਹਿਲਾਂ ਵੀ ਦੱਸਿਆ ਅਸੀਂ ਕਤਲ ਥੋੜ੍ਹੀ ਕਰਕੇ ਬੈਠੇ ਹਾਂ ਜ਼ਿੰਦਗੀ ਦੇ ਵਿੱਚ ਕੁੜੀ ਹੈ ਚਾਹੇ ਮੁੰਡਾ ਚਾਹੇ ਕੋਈ ਉਹਨੂੰ ਬੜਾ ਜ਼ਰੂਰੀ ਹੁੰਦਾ ਫਕੀਰ ਨੂੰ ਵੀ ਸਾਰਾ ਫਕੀਰ ਦਾ ਬਹੁਤ ਜ਼ਰੂਰੀ ਹੈ
ਕੱਲਾ ਫਕੀਰ ਵੀ ਕੁਛ ਨਹੀਂ ਕਰ ਸਕਦਾ। ਮੈਂ ਜਿਹੜੀ ਵਜ੍ਹਾ ਤੋਂ ਖੁਸ਼ ਹਾਂ ਨਾ, ਤੁਹਾਨੂੰ 2-3 ਸਾਲਾਂ ਨੂੰ ਪਤਾ ਲੱਗ ਜਾਣੀ ਕਿਹੜੀ ਵਜ੍ਹਾ ਤੋਂ ਖੁਸ਼ ਹਾਂ। ਹੁਣ ਔਰ ਕੰਮ ਵੀ ਕਰਦੀ ਹੋ ਵੀ ਖੁਸ਼ ਹੋ ਕੇ ਕਰਦੀ ਮੈਂ। ਹੁਣ ਪਤਾ ਲੱਗਦਾ, ਮੈਂ ਆਪਣੇ ਮੁੰਡੇ ਨੂੰ ਕਹਿਣ ਦਈ, ਮੈਂ ਕਿਹਾ ਮੈਨੂੰ ਅੱਜ ਪਤਾ ਲੱਗਾ ਵੀ ਮੇਰੇ ਅਕਾਊਂਟ 'ਚ ਮਾੜੇ ਮੋਟੇ ਪੈਸੇ ਆਏ। ਜਿਹੜੀ ਸਾਫ਼ ਗੱਲ ਦੱਸਾਂ, ਮੈਨੂੰ ਤਾਂ ਕਦੀ ਪਤਾ ਹੀ ਨਹੀਂ ਹੁੰਦਾ ਵੀ ਮੇਰੇ ਅਕਾਊਂਟ 'ਚ ਪੈਸਾ ਕਿੰਨਾ ਆਇਆ ਅਤੇ ਕਿੰਨਾ ਨਹੀਂ। ਮੈਂ ਸ਼ੋਪਿੰਗ ਕਰਨ ਜਾਣਾ ਤਾਂ ਮੈਂ ਕਾਰਡ ਉੱਤੇ ਕਰਨਾ, 3-4 ਵਾਰੀ ਕਾਰਡ ਚੱਲਣਾ ਨਹੀਂ, ਇਹਨੂੰ ਮੈਸੇਜ ਆਉਂਦਾ ਹੁੰਦਾ ਜੀ ਆ ਜਿਹਨੂੰ ਦੁੱਕੀ ਜਾਂਦੇ, ਫਿਰ ਜਾ ਕੇ 50,000 ਰੁਪਇਆ ਪਾ ਦੇਣਾ ਮੇਰੇ ਅਕਾਊਂਟ 'ਚ। ਇਹਦੀ ਆਹ ਕਾਦ ਸੀਗੀ, ਮੇਰੇ ਅਕਾਊਂਟ 'ਚ ਤਾਂ ਪੈਸਾ ਹੀ ਨਹੀਂ ਰਹਿੰਦਾ ਜੀ, ਕੋਈ ਲੋਕਾਂ ਕੋਲ ਪਵਾ ਲੈਂਦਾ ਬਸ ਇੱਦਾਂ ਹੀ। ਅੱਜ ਇੱਦਾਂ ਦੇ ਫੋਨ ਕਰਦੇ, ਅਗਲੇ ਕਹਿੰਦੇ ਸਾਡੇ ਕੋਲ ਸਾਰੀ ਸ਼ੋਅ ਦੀ ਡੀਲ ਵੀ ਹੋ ਗਈ, ਸਾਰਾ ਕੋਈ ਪੈਸੇ ਵੀ ਪਵਾ ਲਏ, ਉਹਨਾਂ ਨੇ ਵੀ ਇੱਥੇ ਪਰਚੇ ਕੀਤੇ, ਬੜੇ ਪਰਚੇ ਹੋਣੇ ਇੱਥੇ ਇਹਦੇ 'ਤੇ। ਕਨਾਲ ਪਾਸ ਹੀ ਆ, ਯਾਦ ਰੱਖੀ ਤੈਨੂੰ ਦੱਸ ਤਾ, ਕਰ ਲਾ ਤਿੱਥੋਂ ਜੋ ਹੁੰਦਾ ਨਾ ਤੁਹਾਨੂੰ ਕਰ ਲਾ, ਜਿੱਥੇ ਬੈਠਾ ਨਾ ਜੋ ਕਰਨਾ ਕਰੀ ਚੱਲ। ਹੁਣ ਅਰੇ ਤੈਨੂੰ ਨਾਲ ਬੈਠਾ ਨਾ ਔਲਖ ਸ਼ੌਲਖ ਹੋਣੀ, ਇਹ ਵੀ ਪਤਾ ਮੈਨੂੰ ਕਿੰਨੇ ਕੁ ਜੋਗੇ ਆ ਜਿਹੜੀ ਜੇ ਤੇਰਾ ਵਾਹ ਨਛੇੜੀਆਂ ਨਾ ਪੈਂਦਾ, ਚੰਗੇ ਬੰਦੇ ਨਾਲ ਵਾਹ ਤਾਂ ਹੁਣ ਪਿਆ ਤੇਰਾ। ਬਾਕੀ ਮਿਲਦੇ ਹਾਂ 28 ਨੂੰ, ਗੱਲਾਂ ਤਾਂ ਮੁੱਕਣੀਆਂ ਹੀ ਨਹੀਂ। 28th of April ਆਪਣਾ ਪਹਿਲਾ ਸ਼ੋਅ ਆ ਬਰਮਿੰਗਮ ਦੇ ਵਿੱਚ, ਅਤੇ ਧਮਾਲਾਂ ਪਾਈਏ। ਬਸ ਇਹ ਦੁਆ ਆ ਮੇਰੀ ਤੁਹਾਡੇ ਅੱਗੇ, ਰਿਕੁਐਸਟ ਆ ਸਾਰਿਆਂ ਦੀ, ਸਾਰਿਆਂ ਨੂੰ ਸੱਚ, ਕਿ ਆਪਣੀ ਭੈਣ ਦਾ ਆਪਣੀ ਧੀ ਦਾ ਸਾਥ ਦਿਓ। ਬਸ ਤੁਹਾਡੇ ਸਾਥ ਦੀ ਲੋੜ ਆ, ਅੱਜ ਮੇਰਾ ਦਿਲ ਥੋੜ੍ਹਾ ਜਿਹਾ ਦੁਖੀ ਆ, ਮੈਂ ਇੰਨੀ ਗੱਲ ਕਹਿ ਰਹੀ ਹਾਂ ਤੁਹਾਨੂੰ। ਮੈਂ ਬੜਾ ਕੁਛ ਦੇਖਿਆ, ਬੜੇ ਵੱਡੇ ਵੱਡੇ ਪਹਾੜ ਦੇਖੇ ਆ, ਪਰ ਕੁਛ ਹੋਇਆ ਨਹੀਂ। ਮਾਲਕ ਦਾ ਮੈਂ ਇਹੀ ਸ਼ੁਕਰ ਮਨਾਇਆ ਵੀ ਐਡਾ ਇਹ ਸਰੀਰ ਐਡਾ ਠੀਠ ਆ ਨਾ, ਇਹਨੂੰ ਹੁੰਦਾ ਨਹੀਂ ਕੁਛ। ਹਾਂ ਇਹ ਆ ਬੁਖਾਰ ਚੜ੍ਹ ਜਾਂਦਾ ਜਾਂ ਕੁਛ ਵੀ ਆ, ਪਰ ਹੁਣ ਮੈਂ ਕੱਲ੍ਹ ਆਈ ਹਾਂ ਫਲਾਈਟ ਦੇ ਵਿੱਚ ਨਾ, ਉਹ ਏਸੀ ਦੀ ਵਜ੍ਹਾ ਦੇ ਨਾਲ ਨਾ ਮੇਰੇ ਨੱਕ 'ਚੋਂ ਬਲੀਡਿੰਗ ਆਉਣ ਲੱਗ ਪਈ ਸੀ। ਫਿਰ ਉਹ ਵਿਚਾਰੇ ਏਅਰ ਹੋਸਟਸ ਨੇ ਮੇਰਾ ਖਿਆਲ ਰੱਖਿਆ, ਉਹਨਾਂ ਨੇ ਦਵਾਈ ਦਵੂਈ ਦਿੱਤੀ ਮੈਨੂੰ। ਮੈਂ ਬੜਾ ਕੁਛ ਬਰਦਾਸ਼ਤ ਕਰਦੀ ਹਾਂ ਕਿਉਂਕਿ ਮੈਂ ਠੀਠ ਹਾਂ, ਮੈਂ ਦੁੱਖ ਨੂੰ ਦੁੱਖ ਨਾ ਘੱਟ ਸਮਝਦੀ। ਜਦੋਂ ਮੇਰੇ 'ਤੇ ਦੁੱਖ ਆਉਂਦਾ ਕਹਿ ਦੇ ਕੋਈ ਨਾ ਮੈਂ ਕਰ ਲੂੰਗੀ, ਜਦੋਂ ਬੰਦਾ ਕਹਿੰਦਾ ਨਾ ਮੈਂ ਕਰ ਸਕਦਾ, ਫਿਰ ਨਹੀਂ ਹਾਰ ਸਕਦਾ ਕਦੀ ਵੀ। ਜਦੋਂ ਕਹਿੰਦੇ ਨਾ ਪਾ ਯਾਰ ਆਹ ਕੀ ਹੋ ਗਿਆ, ਕੀ ਕਰੂੰਗਾ ਹੁਣ ਮੈਂ, ਫਿਰ ਉਹ ਮਰਦਾ ਹੀ ਆ। ਡਟ ਕੇ ਸਾਹਮਣਾ ਕਰੋ ਕੋਈ ਵੀ ਚੀਜ਼ ਦਾ, ਕੋਈ ਵੀ ਚੀਜ਼ ਦੀ ਤਕਲੀਫ ਹੁੰਦੀ। ਵਾਲੀ ਗੱਲ ਆ ਮੈਨੂੰ ਫੋਨ ਕਰਦਿਆ ਕਰੋ, ਮੈਂ ਆਲਵੇਜ਼ ਨਾਲ ਹਾਂ ਆਲਵੇਜ਼। ਕੋਈ ਇਹ ਨਹੀਂ ਕਿ ਤੁਹਾਨੂੰ ਫੁਕਰੀ ਮਾਰਦੀ ਜਾਂ ਕੁਛ, ਬਾਕੀ ਇੱਦਾਂ ਦੇ ਬੰਦੇ ਜ਼ਿੰਦਗੀ 'ਚ ਆਉਂਦੇ ਰਹਿੰਦੇ, ਕੋਈ ਘਾਟ ਨਹੀਂ। ਹਿੰਮਤ ਦਿੱਤੀ ਰੱਬ ਨੇ ਕੋਈ ਨਾ, ਪੰਗੇ ਬਾਜ਼ ਤਾਂ ਬਹੁਤ ਆ, ਪਰ ਕਿਸੇ ਗੱਲਾਂ 'ਚ ਭੁੱਲੀ ਮੈਂ ਵੀ ਤਾਂ ਕੋਈ ਨਾ। ਉਹ ਨਹੀਂ ਹੈਗੀ ਜੀ ਨਾਲ, ਉਹਨਾਂ ਨੇ ਆਉਣਾ ਹੀ ਨਹੀਂ। ਉਹ ਬਾਕੀ ਹੁਣ ਪ੍ਰਮੋਟਰਸ ਦੇ ਹੱਥ ਆ, ਜੋ ਉਹਨਾਂ ਨੇ ਕਰਨਾ। ਉਹਨਾਂ ਨੇ ਆਪਦੀ ਕਰ ਲਈ ਕੱਲ੍ਹ ਫਲਾਈਟ ਮਿਸ, ਅੱਜ ਆਈ ਥਿੰਕ ਕੱਲ੍ਹ ਕੀਤੀ, ਹਾਂ ਨਹੀਂ ਅੱਜ ਹੀ ਕੀਤੀ। ਹਾਂ ਇਹ ਸਭ ਕੁਛ ਬਹੁਤ ਕੀ ਕਹਾਂ ਹੁਣ ਮੈਂ, ਬਹੁਤ ਗਲਤ ਹੋ ਰਿਹਾ। ਬੰਦਾ ਬੁੜ ਕੇ ਫਿਰ ਕਹਿੰਦਾ ਛੱਡ ਯਾਰ ਆਪਣੇ ਘਰ ਦੀਆਂ ਗੱਲਾਂ ਆਪਾਂ ਕਾਹਨੂੰ ਬੋਲਣੀਆਂ, ਅਸੀਂ ਤਾਂ ਗਾਉਣ ਆਏ ਤੇ ਗਾਈ ਜਾਣਾ ਬਸ, ਹੋਰ ਕੁਛ ਨਹੀਂ। ਆਰਟਿਸਟ ਬੰਦੇ ਦੀ ਲਾਈਫ ਨਾ ਜਿੱਦਾਂ ਦੀ ਹੁੰਦੀ ਹੈ, ਮੈਂ ਕਹਿੰਦੀ ਜਾਂ ਤਾਂ ਬੰਦਾ ਰੱਬ ਨਾ ਜਾਂ ਤਾਂ ਆਰਟਿਸਟ ਬਣਾਵੇ ਨਾ, ਜੇ ਬਣਾਉਣਾ ਤੇ ਬਸ ਠੀਕ ਹੈ ਨੋਰਮਲ ਹੋਵੇ ਬਸ, ਬੜਾ ਦੁੱਖ ਨਹੀਂ ਬਰਦਾਸ਼ਤ ਹੁੰਦਾ ਆਰਟਿਸਟ ਬੰਦੇ ਦੀ ਲਾਈਫ ਹੈ ਨਹੀਂ ਕੋਈ। ਮੈਂ ਤਾਂ ਇਹੋ ਜਿਹਾ ਸ਼ਖਸ ਹਾਂ ਨਾ, ਮੈਨੂੰ ਤਾਂ ਤੁਹਾਨੂੰ ਵੀ ਕਹਿੰਦੇ ਮੈਨੂੰ ਰੋਟੀ ਦੇ ਦਿਓ, ਘਰੇ ਬੂਹਾਂ ਦੇ ਆ ਕੇ ਕਹਿ ਦੂੰਗੀ, ਮੈਨੂੰ ਕਦੀ ਸ਼ਰਮ ਨਾ, ਮੈਨੂੰ ਕਦੀ ਡਾ ਕੋਈ ਇਹ 'ਚ ਉਹ ਆ ਵੀ ਹਾਂ ਜੀ ਮੇਰਾ ਨਾਮ ਆ। ਫਕੀਰ ਬੰਦਾ ਹੀ ਤਾਂ ਗਾਉਂਦੇ ਵੀ ਫਕੀਰਾਂ ਵਾਲਾ, ਅਸੀਂ ਕਿਹੜਾ ਕਿਤੇ ਕੁੱਲੋ ਚ ਭੋਗ ਆਉਂਦੇ। ਮੈਂ ਤਾਂ ਆਪਣੇ ਮੁੰਡਿਆਂ ਨੂੰ ਵੀ ਕਹਿੰਦੀ ਨਹੀਂ, ਮੈਂ ਕਿਹਾ ਮੈਂ ਤਾਂ ਕਿਸੇ ਘਰ ਜਾ ਕੇ ਰੋਟੀ ਮੰਗ ਲਵਾਂ, ਮੈਨੂੰ ਉਹ ਵੀ ਨਹੀਂ ਕੋਈ ਸ਼ਰਮ ਵੀ ਲੈ ਦਿਓ ਰੋਟੀ ਮੈਨੂੰ। ਇਹ ਗੱਲਾਂ ਜਿੰਨੀਆਂ ਕੀਤੀਆਂ ਸੱਚ ਆ, ਕੋਈ ਫੁਕਰੀ ਨਹੀਂ ਇਹਦੇ 'ਚ। ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ, ਇੰਗਲੈਂਡ ਤੋਂ ਜਾ ਕੇ ਨਾ ਆਪਾਂ ਕਰਾਉਣੀ ਮਹਿਫਲ, ਸਰਕਾਰ ਦੀ ਮੌਲਾ ਵਾਲੀ ਪੰਚਨ ਪਾਕ ਦੀ ਮਹਿਫਲ ਕਰਾਵਾਂਗੇ, ਅਤੇ ਫਿਰ ਮੈਂ
ਸਾਰਿਆਂ ਨੂੰ ਸੱਦੂਗਾ ਠੀਕ ਹੈ। ਬਾਕੀ ਤੁਸੀਂ ਦੁਆ ਦਿਓ ਤੇ ਹਮੇਸ਼ਾ ਸੱਚ ਦਾ ਸਾਹਮਣਾ ਕਰਿਆ ਕਰੋ। ਔਰ ਮੇਰੀ ਇੱਕ ਹੋਰ ਸਾਰਿਆਂ ਨੂੰ ਇਹ ਇੱਕ ਬੇਨਤੀ ਹੈ ਤੇ ਰਿਕੁਐਸਟ ਆ ਵੀ ਜੇ ਮੇਰੀ ਕਿਸੇ ਵੀ ਭੈਣ ਨਾਲ ਇੱਦਾਂ ਹੋਇਆ ਵੀ ਹੈ ਨਾ ਹੁੰਦਾ ਵੀ ਪਿਆ ਉਹਨੂੰ ਮੂਵ ਔਨ ਕਰੋ, ਡਟ ਕੇ ਸਾਹਮਣਾ ਕਰੋ ਬਸ, ਕਿਸੇ ਦਾ ਲਿਹਾਜ਼ ਨਾ ਕਰੋ। ਇੱਦਾਂ ਦੇ ਬੰਦੇ ਦੁਨੀਆਂ ਦੇ ਵਿੱਚ ਬੜੇ ਗੰਦੇ ਆਉਂਦੇ ਆ। ਮੇਰੀਆਂ ਸਾਰੀਆਂ ਭੈਣਾਂ ਨੂੰ ਇਹ ਮੇਰੇ ਵੱਲੋਂ ਬੀ ਅਲਰਟ ਰਹੋ ਬਸ।